ਸਾਡੇ ਬਾਬਾ ਜੀ ਕੈਮਰਾ ਫਿੱਟ ਕੀਤਾ ਆਂਦੇ ਨੇ ਅੰਦਰ ਵਰਫਾਨਾ ਵਾਦਾ ਕੀਤਾ ਰਹਿਮਾਨ ਨੇ। ਇਧਰ ਮੇਰੇ ਵੱਲ ਵੇਖੋ, ਅੰਦਰ ਵਰਫਾਨਾ ਵਾਦਾ ਕੀਤਾ ਰਹਿਮਾਨ ਨੇ, ਨਾਮ ਤੇਰੇ ਦਾ ਕਲਮਾ ਐ ਪੜਨਾ ਹੀ ਜਹਾਨ ਨੇ, ਸਭ ਤੋਂ ਉੱਚਾ ਸ਼ਾਨ ਪਾਇਆ ਸੁਲਤਾਨ ਨੇ, ਘਰ ਘਰ ਵਿੱਚ ਪਹੁੰਚਿਆ ਵੇਖੋ ਨਾਮ ਸਰਕਾਰ ਦਾ, ਨਾਮੇ ਮੁਹੰਮਦ ਵਾਲਾ ਸੱਲੱਲਾਹੁ ਅਲੈਹਿ ਵਸੱਲਮ। ਇਹਨੂੰ ਫੜ ਕੇ ਥੱਲੇ ਬਾਹ ਸੁ, ਚਾਰ ਚੁਫੇਰੇ ਪਈਆਂ ਸੋਹਣੇ ਦੀਆਂ ਤੁਮਾਨੀ, ਖੁਲਕ ਮਠਾ ਸੋ ਸ਼ੈਦ ਕਰ ਦਿੱਤਾ ਤੁਮਾਨੀ, ਅੱਲਾ ਲਿਆਵੇ ਮੌਕਾ ਮੈਂ ਕਦਮ ਜਾ ਚੁਮਾਨੀ, ਹੋ ਜਾਏ ਸਮਸਾਮ ਉੱਤੇ ਫਜ਼ਲ ਗਫਾਰ ਦਾ, ਨਾਮੇ ਮੁਹੰਮਦ ਵਾਲਾ ਸੱਲੱਲਾਹੁ ਵਰਫਾਨਾ ਲਕਾ ਜ਼ਿਕਰ ਕਾ ਜ਼ਿਕਰੇ ਮੁਸਤਫਾ ਸੁਣਨਾ। ਅੱਲਾ ਨੇ ਜ਼ਿਕਰ ਉਦੋਂ ਕਰ ਛੜਿਆ ਜਦੋਂ ਕੋਈ ਨਬੀ ਵੀ ਦੁਨੀਆਂ ਤੇ ਨਹੀਂ ਆਇਆ, ਅੱਲਾ ਨੇ ਨਬੀ ਦੇ ਜ਼ਿਕਰ ਉਦੋਂ ਕਰ ਛੜੇ ਨੇ ਜਦੋਂ ਅਜੇ ਜ਼ਮੀਨ ਆਸਮਾਨ ਵੀ ਮੁਆਰਜ਼ੇ ਵਜੂਦ ਚ ਨਹੀਂ ਆਇਆ। ਵਾ ਇਸ ਅਖਜ਼ ਅੱਲਾਹ ਮੀਸਾਕ ਨਬੀਨ ਲਮਾ ਆਤੈਤੁਕੁਮ ਮਿਨ ਕਿਤਾਬਿਨ ਵਹਿਕਮਤਿਨ ਸੁਮਾ ਜਾਅਕੁਮ ਰਸੂਲੁਮ ਮੁਸੱਦਿਕੁਲ ਲਿਮਾ ਮਅਕੁਮ ਲਤੋ ਮੈਨੂੰ ਨਬੀ ਵਲਤਨ ਸੁਰੁਨਾ ਕਾਲਾ ਅਕਰਤੁਮ ਵਅਖਸਤੁਮ ਅਲਾ ਜ਼ਾਲਿਕੁਮ ਇਸਰੀ ਕਾਲੂ ਅਕਰਰਨਾ ਕਾਲਾ ਫਸ਼ਹਦੂ ਵਅਨਾ ਮਅਕੁਮ ਮਿਨ ਸ਼ਾਹਿਦੀਨ। ਆਲਮੇ ਅਰਵਾਚ ਨਾਲ ਅੱਲਾ ਨੇ ਸਾਰੇ ਨਬੀਆਂ ਦੀਆਂ ਰੂਹਾਂ ਨੂੰ ਇਕੱਠਾ ਕੀਤਾ। ਕਦੋਂ ਕੀਤਾ? ਕਾਫ ਕੁਨ ਦੀਆਂ ਮੰਜ਼ਲਾਂ ਅਜੇ ਪਈਲੀਆਂ ਸਨ ਜਦੋਂ ਮੇਰੇ ਮੁਹੰਮਦ ਦੀ ਲੋਈ ਹੋਈ ਸੀ, ਰੱਬ ਨੇ ਲਿਖ ਦਿੱਤਾ ਖਤਮ ਰਿਸਾਲਤਾਂ ਚ, ਮਿੱਟੀ ਆਦਮ ਦੀ ਜਦੋਂ ਅਜੇ ਗੋਈ ਹੋਈ ਸੀ। ਉਹ ਬਾਈਓ ਥੱਲੇ ਇਹਨਾਂ ਨੂੰ ਫੜ ਕੇ ਬਾਓ ਬੰਦੇ ਦੇ ਉੱਪਰ ਆਇਆ ਪੂਰੇ ਜਹਾਨ ਦਾ ਚੰਨ ਬਣ ਕੇ, ਜਿਹਦੀ ਵਿੱਚ ਬਾਇਬਲ ਪੇਸ਼ ਗੋਈ ਹੋਈ ਸੀ, ਸਮਸਾਮ ਜ਼ਮੀਨ ਨੂੰ ਪਾਗ ਲੱਗ ਗਏ, ਜਿਹੜੀ ਮੁੱਦਤਾਂ ਦੀ ਅੱਗੇ ਮੋਈ ਹੋਈ ਸੀ। ਅੱਲਾਹ ਐ ਮੇਰੇ ਆਦਮ, ਐ ਮੇਰੇ ਮੂਸਾ, ਐ ਮੇਰੇ ਈਸਾ, ਐ ਮੇਰੇ ਹੂਦ, ਐ ਮੇਰੇ ਸ਼ੁਐਬ ਅਲੈਹਿਮੁਸਸਲਾਮ, ਅੰਬਿਆ ਦੀ ਜਮਾਤ, ਤਵਜੋ, ਮੈਂ ਕੁਲਾਹੇ ਨਬੂਵਤ ਦੇ ਦਿਆਂ, ਕਿਤਾਬਾਂ ਦੇ ਦਿਆਂ, ਸ਼ਰੀਅਤਾਂ ਦੇ ਦਿਆਂ, ਤੁਹਾਡੀਆਂ ਕਿਤਾਬਾਂ ਨਬੂਵਤਾਂ ਸਹੀਫੇ ਸ਼ਰੀਅਤਾਂ ਦਾ ਸਿੱਕਾ ਜਾਰੀ ਔਰ ਸਾਰੀ ਹੋਏ। ਸੁਮਾ ਜਾ ਅਕੁਮ ਰਸੂਲ, ਸੁਮਾ ਤਰਾਖੀ ਵਾਸਤੇ ਆਉਂਦਾ ਤੇ ਅੱਗੇ ਨੂਨ ਸਕੀਲਾ ਦਾ ਲਿਆ ਕੇ ਰੱਬ ਭਾਰ ਪਾ ਕੇ ਗੱਲ ਪਏ ਕਰਦੇ ਨੇ। ਫਰਮਾਇਆ ਸੁਮਾ ਜਾ ਅਕੁਮ ਰਸੂਲ ਮੁਸੱਦੀ ਕੁੱਲੀ ਮਾਮਾ ਅਕੁਮ, ਫਿਰ ਮੇਰਾ ਰਸੂਲ ਆ ਜਾਏ, ਉਹ ਤੁਹਾਡੇ ਸਾਰਿਆਂ ਦੀ ਤਸਦੀਕ ਕਰੇ, ਉਹਦੇ ਆਉਣ ਤੋਂ ਬਾਅਦ ਅੱਲਾ ਜੀ ਕੀ ਕਰਨਾ। ਫਰਮਾਇਆ ਜਦੋਂ ਆ ਜਾਏ ਉਹਦੇ ਆਉਣ ਤੋਂ ਬਾਅਦ ਆਪਣੀਆਂ ਨਬੂਵਤਾਂ ਦੇ ਸਿੱਕੇ ਨਹੀਂ ਜੇ ਚਲਾਣੇ, ਆਪਣੀਆਂ ਕਿਤਾਬਾਂ ਦੀਆਂ ਮੋਹਰਾਂ ਨਹੀਂ ਜੇ ਚਲਾਣੀਆਂ, ਆਪਣੀਆਂ ਸ਼ਰੀਅਤਾਂ ਨੂੰ ਲਪੇਟ ਦੇਣਾ, ਇਮਾਮਤਾਂ ਦੇ ਮੁਸੱਲਿਆਂ ਨੂੰ ਠੱਪ ਕਰ ਦੇਣਾ, ਆਪਣੀਆਂ ਸ਼ਰੀਅਤਾਂ ਕਿਤਾਬਾਂ ਨਬੂਵਤਾਂ ਸਾਰਾ ਕੁਝ ਛੱਡ ਕੇ ਆਮਿਨਾ ਦੇ ਲਾਲ ਮੁਹੰਮਦ ਦਾ ਤਾਬਿਆਦਾਰ ਬਣ ਜਾਣਾ। ਇਹ ਕਿਹਨਾਂ ਨੂੰ ਰੱਬ ਕਹਿ ਰਹੇ ਨੇ? ਉਹ ਬੋਲੋ, ਕਿਸੇ ਮੌਲਵੀ ਪੀਰਾਂ ਦੀ ਮੈਂ ਗੱਲ ਨਹੀਂ ਕਰਦਾ ਵੀ ਮੌਲਵੀਆਂ ਨੂੰ ਆਵਾਜ਼ ਹੋ ਰਿਹਾ, ਇਹ ਨਬੀਆਂ ਨੂੰ ਕਿਹਾ ਜਾ ਰਿਹਾ ਜਿਨ੍ਹਾਂ ਨੇ ਨਬੀ ਬਣ ਕੇ ਦੁਨੀਆਂ ਤੇ ਆਉਣਾ। ਤੇ ਹੁਣ ਮਾਸ਼ਾਅੱਲਾ ਅਕਲਮੰਦ ਦਨਾ ਡੇਰੇਦਾਰ ਬੰਦੇ ਬੈਠੇ ਹੋ,
تے سارے رل مل کے بیٹھے ہاں. ہن اپنی انصاف نہ جواب دیو, نبی دے آن تو بعد ہن قیامت تک کسے نبی دی نبوت چل سکدی ہے؟ شریعت, کتاب, صحیفہ, کیوں, وجہ کیوں نہیں چل سکتا؟ حضرت آدم دنیا تو گئے 10 صحیفے نبوت نال لے گئے, حضرت ابراہیم دنیا تو گئے اپنے 10 صحیفے نبوت نال لے گئے, نبی شیش دنیا تو گئے 50 صحیفے نبوت نال لے گئے, نبی ادریس دنیا تو گئے اپنے 30 صحیفے نبوت نال لے گئے, حضرت موسیٰ دنیا تو چلے گئے اپنی کتاب تورات تے نبوت نال لے گئے, عیسیٰ آسمان تے اٹھائے گئے اپنی انجیل نبوت نال لے گئے, آج یہ زبور دنیا تو گئے اپنی زبور تے نبوت نال لے گئے, نبی داوود علیہ السلام ہن آمینہ دا لال دنیا تو ٹر گیا ہے, آپ دی نبوت وی قیامت تک ہے, آپ دی شریعت وی قیامت تک ہے. ہن نواں نبی وی نہیں آنا تے نواں دین وی نہیں آنا, سیدھی جی گل. اور دین وہی ہے جڑا کوئی نبی لے کے آئے, جدو نبی کو نہیں پھر دین کا دا, نبی دا دین آخری دین ہے, نبی دی امت آخری امت ہے, اے قرآن آخری کتاب ہے, توجہ کیجئے, نبی دی امت آخری امت ہے, نبی دی نبوت آخری نبوت ہے, نبی دی شریعت آخری شریعت ہے, اور پیغمبر دی امت آخری امت ہے. ہن قیامت تک نوی امت بھی کوئی نہیں, نوی کتاب بھی کوئی نہیں, تے نواں دین بھی کوئی نہیں, تے نواں نبی بھی کوئی نہیں.